ਇਹਦੀਆਂ ਭੈਣਾਂ ਪੰਜ ਚੱਲਾ ਵੀ ਭਰਾ ਹਾਏ ਮੈਂ ਮਰ ਜਾ ਉਹ ਵੀ ਗੋਟਿਆਂ ਤੋਂ ਹੈ ਨੀ ਜੇ ਹਾਏ ਵੇ ਜਗਰਾਜ ਪੁੱਤਰ ਕੁਛ ਹੀ ਸਾਡਾ ਸੋਚੋ ਪੁੱਤਰੋ। ਨਸ਼ੇ ਦਾ ਦੈਂਤ ਖਾ ਗਿਆ ਇੱਕ ਮਾਂ ਦਾ ਜਵਾਨ ਪੁੱਤ। ਬਟਾਲਾ ਦੇ ਫੋਕਲ ਪੁਆਇੰਟ ਸਥਿਤ ਖਾਲੀ ਪਲਾਟ 'ਚ ਇੱਕ ਨੌਜਵਾਨ ਦੀ ਲਾਸ਼ ਮਿਲੀ। ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਕਾਰਨ ਹੋਈ ਦੱਸੀ ਜਾ ਰਹੀ ਹੈ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜੁਗਰਾਜ ਸਿੰਘ ਉਮਰ 31 ਸਾਲ ਵਾਸੀ ਕੋਟਲੀ ਮੱਲੀਆਂ ਵਜੋਂ ਹੋਈ ਹੈ। ਮੌਕੇ 'ਤੇ ਪੁੱਜੇ DSP ਲਲਿਤ ਕੁਮਾਰ ਅਤੇ ਥਾਣਾ ਸਿਵਲ ਲਾਈਨ ਦੇ SHO ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਅਲੀਵਾਲ ਰੋਡ ਫੋਕਲ ਪੁਆਇੰਟ 'ਤੇ ਇੱਕ ਖਾਲੀ ਪਲਾਟ 'ਚ ਨੌਜਵਾਨ ਦੀ ਲਾਸ਼ ਪਈ ਹੈ। ਉਹਨਾਂ ਕਿਹਾ ਕਿ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿੱਚ ਭੇਜ ਦਿੱਤਾ ਹੈ। ਕੋਈ ਪਤਾ ਨਹੀਂ ਜੇ ਘਰੋਂ ਤੇ ਚੰਗਾ ਭਲਾ ਹੀ ਤੁਰਿਆ ਫਿਰਦਾ ਹੁੰਦਾ ਸੀ, ਸਾਡੇ ਕੋਲ ਵੀ ਚੰਗਾ ਭਲਾ ਹੀ ਆਉਂਦਾ ਸੀ। ਕਿਹੜੀ ਲਾਲ ਮੇਰੀ ਮੇਰੇ ਪੁੱਤਰ ਦੇ ਘੁੰਮ ਗਈ ਆ, ਸਾਨੂੰ ਨਹੀਂ ਪਤਾ ਕੀ ਇਹਦੇ ਨਾਲ ਵਾਪਰੀਆਂ ਤੇ ਕੀ ਨਹੀਂ ਵਾਪਰੀਆਂ। ਇੱਕ ਸੱਸ ਇੱਕ ਸਹੁਰਾ ਤੇ ਇੱਕ ਹੀ ਤੇ ਘਰ ਦੀ ਇੱਕ ਛੋਟਾ ਜਿਹਾ, ਇਹਦੀਆਂ ਭੈਣਾਂ ਪੰਜ ਚੱਲਾ ਵੀ ਭਰਾ ਹਾਏ ਮੈਂ ਮਰ ਜਾ ਉਹ ਵੀ ਗੋਟਿਆਂ ਤੋਂ ਹੈ ਨੀ ਜੇ ਹਾਏ ਵੇ ਜਗਰਾਜ ਪੁੱਤਰ ਕੁਛ ਹੀ ਸਾਡਾ ਸੋਚੋ ਪੁੱਤਰੋ। ਇਹ ਜੀ ਬੰਦਾ ਹੈਗਾ ਸੀ ਕਿੱਥੋਂ ਲੰਘੇ ਲੱਗ ਗਿਆ, ਪਿੰਡ ਸੀ ਲੱਗ ਗਿਆ ਕੋਟਲੀ, ਇੱਥੇ ਆਪਣੀ ਮਾਸੀ ਨੂੰ ਮਿਲਣ ਆਇਆ ਸੀ। ਇਹਨੇ ਫੋਨ ਕੀਤਾ ਕਿ ਮੈਂ ਆ ਰਿਹਾ ਬਟ ਇਹ ਘਰ ਨਹੀਂ ਪਹੁੰਚਿਆ, ਸਵੇਰੇ ਡੈਡ ਬੋਡੀ ਮਿਲੀ। ਸੋ ਬਰਾਮਦੀ ਕੋਈ ਹੋਈ ਉਹਦੇ? ਬਰਾਮਦੀ ਬੈਗ ਮਿਲਿਆ ਲੱਗਾ, ਤੁਸੀਂ ਦੱਸ ਏਅਰਗਨ ਮਿਲੀ ਹੈ, ਵੈਰੀਫਾਈ ਕਰ ਲੈਂਦੇ ਜੀ। ਸੋ ਨਸ਼ੇ ਦਾ ਦੱਸਿਆ ਜਾਂਦਾ ਕਰ, ਨਸ਼ੇ ਭਾਅ ਜੀ ਚੈੱਕ ਕਰਦੇ ਨੇ ਜੋ ਉਹਦੇ ਲਾਗੇ ਚਾਗੇ ਵਾਇਲਸ ਪਈਆਂ ਸੀ ਜਾਂ ਸਿੰਜਾਂ ਪਈਆਂ ਸੀ, ਕੋਈ ਚੈੱਕ ਆਪਣੇ ਵੇਖ ਰਹੇ ਨੇ ਜੋ ਹੈਗਾ ਲਾਈਟ ਚੈੱਕ ਦੇ ਸਾਰਾ ਠੀਕ, ਅਜੇ ਕੋਈ ਸਾਨੂੰ ਸਿੰਜ ਨਹੀਂ ਵੀ ਲੱਗ ਉਹਦੇ ਕੁਛ ਨਹੀਂ। ਦੱਸੋ ਭਾਅ ਜੀ। ਠੀਕ ਹੈ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।